ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਸਮਝੌਤਾ ਨਹੀਂ ਹੋਇਆ ਬਲਕਿ ਇਹ ਇੱਕ ਵੱਡਾ ਸੌਦਾ ਹੋਇਆ ਜਿਸ ਨੂੰ ਬਸਪਾ ਦੇ ਵਰਕਰ ਕਦੀ ਵੀ ਸਹਿਣ ਨਹੀਂ ਕਰਨਗੇ। ਇਹ ਵਿਚਾਰ ਪੰਜਾਬ ਬਸਪਾ ਦੇ ਸਾਬਕਾ ਪ੍ਰਧਾਨ ਰਸ਼ਪਾਲ ਰਾਜੂ ਨੇ ਗੜਸ਼ੰਕਰ ਵਿੱਚ ਬਸਪਾ ਪ੍ਰਧਾਨ ਜਸਵੀਰ ਸਿੰਘ ਕੜੀ ਦਾ ਪੁਤਲਾ ਸਾੜ ਕੇ ਪ੍ਰਗਟ ਕੀਤੇ। ਉਹਨਾਂ ਬਸਪਾ ਪ੍ਰਧਾਨ 'ਤੇ ਦੋਸ਼ ਲਗਾਉਂਦੇ ਇਹ ਕਿਹਾ ਕਿ ਉਹਨਾਂ ਬਾਬਾ ਭੀਮ ਰਾਓ ਅੰਬੇਦਕਰ ਅਤੇ ਸ਼੍ਰੀ ਕੰਸ਼ੀ ਰਾਮ ਦੇ ਮਿਸ਼ਨ ਨੂੰ ਖਤਮ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਕਰੋੜਾਂ ਰੁਪਏ ਦਾ ਸੌਦਾ ਕਰਕੇ ਦੁਆਬਾ ਦੇ ਦਲਿਤਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਇੱਥੋਂ ਤੱਕ ਵੀ ਕਿਹਾ ਕਿ ਬੇਅਦਬੀ ਅਤੇ ਨਸ਼ੇ ਦੇ ਵਪਾਰੀਆਂ ਦੇ ਨਾਲ ਕੀਤੀ ਇਹ ਸੌਦਾਬਾਜ਼ੀ ਨੂੰ ਮਿਸ਼ਨਰੀ ਬਸਪਾ ਵਰਕਰ ਕਦੀ ਵੀ ਸਹਿਣ ਨਹੀਂ ਕਰਨਗੇ। ਉਹਨਾਂ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰ ਦੇ ਮੁੱਖ ਚੌਂਕ ਵਿੱਚ ਬਸਪਾ ਪ੍ਰਧਾਨ ਜਸਵੀਰ ਸਿੰਘ ਕੜੀ ਦਾ ਪੁਤਲਾ ਵੀ ਸਾੜਿਆ। ਜਸਵੀਰ ਸਿੰਘ ਕੜੀ 'ਤੇ ਦੋਸ਼ ਲਗਾਉਂਦਿਆਂ ਬਸਪਾ ਦੇ ਵਰਕਰ ਦਾ ਕੀ ਕਹਿਣਾ ਤੁਹਾਨੂੰ ਸੁਣਾਉਂਦੇ ਹਾਂ। ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਇਹਨਾਂ ਨੇ ਮਿਸ਼ਨ ਖਤਮ ਕਰ ਦਿੱਤਾ। ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਸੀ, ਇਹ ਦਲਿਤ ਹੈ ਕਿਸਾਨੋਂ ਆਪਣੀਆਂ ਕੰਧਾਂ 'ਤੇ ਲਿਖ ਲਓ, ਤੁਸੀਂ ਆਉਣ ਵਾਲੇ ਸਮੇਂ ਦੇ ਹੁਕਮਦਾਨ ਬਣਨਾ ਆ। ਸਾਹਿਬ ਸ਼੍ਰੀ ਕੰਸ਼ੀ ਰਾਮ ਜੀ ਜਿਨ੍ਹਾਂ ਨੇ ਘਰ ਬਾਰ ਛੱਡਿਆ ਔਰ ਘਰ ਬਾਰ ਛੱਡ ਕੇ ਔਰ ਉਹਨਾਂ ਨੇ ਪੂਨੇ ਵਿੱਚ ਨੌਕਰੀ ਕਰਦੇ ਸੀ, ਸਾਇੰਸਦਾਨ ਸੀ, ਉਹ ਸਾਇੰਸਦਾਨ ਦੀ ਨੌਕਰੀ ਵੀ ਛੱਡੀ, ਉਹ ਛੱਡ ਕੇ ਇੱਕ ਬਹੁਜਨ ਸਮਾਜ ਬਣਾਇਆ। ਬਹੁਜਨ ਸਮਾਜ 85% ਲੋਕਾਂ ਦਾ ਬਹੁਜਨ ਸਮਾਜ ਬਣਾ ਕੇ ਔਰ ਇਹ ਆਸ ਬੁਲੰਦ ਹੋਏ ਕਿ ਇਸ ਦੇਸ਼ ਵਿੱਚ ਦਲਿਤਾਂ ਦਾ, ਗਰੀਬਾਂ ਕਿਸਾਨਾਂ ਦਾ ਰਾਜ ਆਏਗਾ। ਲੇਕਿਨ ਅੱਜ ਪੰਜਾਬ ਦੇ ਵਿੱਚ ਇਹ ਜਿਹੜੇ ਪ੍ਰਧਾਨ ਆ ਜਸਵੀਰ ਸਿੰਘ ਗੜੀ ਅਤੇ ਇਹਦੇ ਸਾਥੀ ਅਤੇ ਬੈਣੀਵਾਲ, ਇਹਨਾਂ ਨੇ ਸਮਾਜ ਨੂੰ ਵੇਚ ਦਿੱਤਾ, ਸੌਦਾ ਕਰ ਲਿਆ ਔਰ ਸੌਦਾ ਕਰਕੇ ਔਰ ਜਿਹੜੀਆਂ ਸੀਟਾਂ ਸਿਰਫ ਨਵਾਂਸ਼ਹਿਰ ਫਗਵਾੜਾ ਦਾ ਆਪਣੇ ਲਈ ਕਹਿੰਦਾ ਮੈਨੂੰ ਦੇ ਦਿਓ, ਵੀ ਤੂੰ ਹੁਣ ਠੇਕਾ ਲਿਆ, ਤੂੰ ਪ੍ਰਧਾਨ ਆ, ਪ੍ਰਧਾਨ ਦੂਜੇ ਦਾ ਹੱਕ ਕਿਉਂ ਮਾਰੇ ਬਈ? ਲੇਕਿਨ ਹੱਕ ਮਾਰਿਆ ਜਾ ਰਿਹਾ ਔਰ ਤੀਜੇ ਪਾਸੇ ਇੱਕ ਕਰਤਾਰਪੁਰ ਸੀਟ ਦੇ ਦਿਓ, ਬਾਕੀ ਸਾਰੀਆਂ ਸੀਟਾਂ ਜਿਹੜੀਆਂ ਆ ਉਹ ਅਕਾਲੀਆਂ ਨੂੰ ਸੌਂਪ ਦਿੱਤੀਆਂ ਗਈਆਂ ਆ, ਸਾਰੀਆਂ ਸੀਟਾਂ 'ਤੇ ਪੈਸੇ ਲਏ ਜਾ ਰਹੇ ਆ, ਸਾਰੀਆਂ ਸੀਟਾਂ ਵੇਚੀਆਂ ਜਾ ਰਹੀਆਂ, ਸਮਾਜ ਵੇਚਿਆ ਜਾ ਰਿਹਾ। ਅਤੇ ਅੱਜ ਜਦੋਂ ਤੁਸੀਂ ਗੱਲ ਕਰਦੇ ਆ, ਕਹਿੰਦੇ ਕਾਂਗਰਸ ਦੇ ਇਸ਼ਾਰੇ 'ਤੇ ਗੱਲ ਕਰਦੇ ਆ, ਵੀ ਤੈਨੂੰ ਇਸ਼ਾਰਾ ਕਿਹਦਾ ਮਿਲਦਾ ਬਈ? ਜਦੋਂ ਜਿਮਨੀ ਚੋਣਾਂ ਸੀਆਂ ਤਾਂ ਉਸ ਵੇਲੇ ਤੂੰ ਭਾਜਪਾ ਨਾਲ ਮੀਟਿੰਗਾਂ ਕਰਦਾ ਫੜਿਆ ਗਿਆ ਔਰ ਤੇਰੇ 'ਤੇ 3-3 ਕਰੋੜ ਦਾ ਉਹਨਾਂ ਨੇ ਦੋਸ਼ ਲਾਇਆ, ਤੂੰ ਜਵਾਬ ਨਹੀਂ ਦੇ ਸਕਿਆ। ਮਕੇਰੀਆਂ ਵਿੱਚ ਆਮ ਆਦਮੀ ਪਾਰਟੀ ਜਿਹੜੀ ਫਗਵਾੜੇ ਵਿੱਚ ਸਾਡੇ ਮੁਕਾਬਲੇ ਲੜ ਰਹੀ ਸੀ, ਮਕੇਰੀਆਂ ਵਿੱਚ ਤੂੰ ਸੌਦਾ ਕੀਤਾ, ਉਹਨੂੰ ਸਮਝੌਤਾ ਕਰਤਾ, ਦਾਖਾਂ ਵਿੱਚ ਸੌਦਾ ਕੀਤਾ, ਕਿੱਥੇ ਕਿੱਥੇ ਦੀ ਕਹਾਣੀ ਦੱਸੀਏ? ਔਰ ਤੂੰ ਤਾਂ ਗੁਰਦੁਆਰਿਆਂ ਵਿੱਚ ਬੈਠ ਕੇ ਜਿੱਥੇ ਭਾਜਪਾ ਵਾਲੇ ਮਿਲੇ ਆ ਉੱਥੇ 8-9 ਘੰਟੇ ਤੂੰ ਬੈਠਾ ਰਿਹਾ, ਕਿਆ ਕਰਦਾ ਸੀ? ਕਿਹੜਾ ਪ੍ਰਧਾਨ ਕੋ 8-9 ਘੰਟੇ ਵਿਹਲਾ ਹੁੰਦਾ? ਇਸ ਕਰਕੇ ਅੱਜ ਅਸੀਂ ਇਹ ਜਿਹੜਾ ਵਿਧਾਨ ਸਭਾ ਦੇ ਇਹ ਫੈਸਲਾ ਕੀਤਾ ਸੀ ਵੀ ਇਹਨਾਂ ਦਾ ਪੁਤਲਾ ਫੂਕਣਾ, ਇਹਨਾਂ ਨੂੰ ਪਤਾ ਲੱਗ ਜਾਏ ਕਿ ਅੱਜ ਇਹਨਾਂ ਨੇ ਕਿਸਾਨ ਅਤੇ ਮਜ਼ਦੂਰ ਦੇ ਖਿਲਾਫ਼ ਲਹਿਰ ਸ਼ੁਰੂ ਕੀਤੀ ਆ, ਅੱਜ ਅਕਾਲੀਆਂ ਦੇ ਬਾਦਲਾਂ ਦੇ ਹੱਕ 'ਚ, ਕਿਉਂਕਿ ਬਾਦਲ ਤਾਂ ਉਹ ਬਾਦਲ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਜਿਨ੍ਹਾਂ ਨੇ ਚਿੱਟਾ ਵਿਖਾਇਆ ਔਰ ਜਿਨ੍ਹਾਂ ਨੇ ਉਸ ਵੇਲੇ ਆਰੀ ਨਾਲ ਸਾਡੇ ਲੋਕਾਂ ਨੂੰ ਕਟਾਇਆ ਗਿਆ, ਲੇਕਿਨ ਉਸ ਵੇਲੇ ਕੋਈ ਸੁਣਵਾਈ ਨਹੀਂ ਹੋਈ। ਅੱਜ ਸਾਹਿਬ ਸ਼੍ਰੀ ਕਾਂਸ਼ੀਰਾਮ ਦੇ ਨਾਂ 'ਤੇ ਮੈਡੀਕਲ ਯੂਨੀਵਰਸਿਟੀ ਬਣਾਉਣੀ ਆ, ਇਹ ਕਿੱਥੋਂ ਸੁਪਨਾ ਆ ਗਿਆ? ਇਹ ਕਿੱਥੋਂ ਗੱਲ ਯਾਦ ਆ ਗਈ ਆ? ਕਿਉਂਕਿ ਇਹੀ ਬਾਦਲ ਕਹਿੰਦਾ ਸੀ ਮੈਂ ਕਾਂਸ਼ੀਰਾਮ ਦਾ ਮਿਸ਼ਨ ਪੰਜਾਬ 'ਚ ਖਤਮ ਕਰ ਦਿੱਤਾ ਆ। ਸਵਾਲ ਤਾਂ ਜ਼ਰੂਰ ਖੜ੍ਹੇ ਹੋਣਗੇ, ਕਿਉਂਕਿ ਪਹਿਲਾਂ ਅਕਾਲੀ ਦਲ ਨੇ ਬਸਪਾ ਦੇ ਨਾਲ ਰਿਸ਼ਤਾ ਵੀ ਤੋੜਿਆ ਸੀ ਅਤੇ 2017 'ਚ ਹਾਰਨ ਤੋਂ ਬਾਅਦ ਕਿਹਾ ਇਹ ਜਾ ਰਿਹਾ ਕਿ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਅਕਾਲੀ ਦਲ ਨੇ ਬਸਪਾ ਦੇ ਨਾਲ ਗੱਠਜੋੜ ਕੀਤਾ ਅਤੇ ਵਧੇਰੇ ਲੋਕ ਇਸ ਨੂੰ ਰਾਜਨੀਤਿਕ ਸਟੰਟ ਵੀ ਦੱਸ ਰਹੇ ਨੇ। ਪਰ ਇਸ ਗੱਠਜੋੜ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੂੰ ਕੀ ਫਾਇਦਾ ਅਤੇ ਨੁਕਸਾਨ ਹੁੰਦਾ, ਇਹਦਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ। ਇਸ ਕਰਕੇ ਪੰਜਾਬ ਲਈ ਗੜਸ਼ੰਕਰ ਤੋਂ ਦੀਪਕ ਕੁਮਾਰ ਦੀ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।